ਆਲਟ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ। ਬੇਰਵਾ ਨਾਨਕ ਵਿਖੇ ਭਾਜਪਾ ਦੇ ਕਾਰਜਾਂ ਨੂੰ ਪਿੰਡਾਂ ਤੱਕ ਪਹੁੰਚਾਉਣ ਲਈ ਭਾਜਪਾ ਮੰਡਲ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ। ਇਹ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ, ਨਾਲ ਹੀ ਬੈੱਲ ਆਈਕਾਨ ਵੀ ਦਬਾ ਲਓ। ਡੇਰਾਵਾ ਨਾਨਕ ਵਿਖੇ ਭਾਜਪਾ ਨੂੰ ਇਲਾਕੇ ਦੇ ਵਿੱਚ ਮਜ਼ਬੂਤੀ ਦੇਣ ਲਈ ਭਾਜਪਾ ਮੰਡਲ ਦੀ ਇੱਕ ਵਿਸ਼ੇਸ਼ ਮੀਟਿੰਗ ਮੰਡਲ ਪ੍ਰਧਾਨ ਰਾਜੂ ਪੰਡਿਤ ਦੀ ਅਗਵਾਈ ਦੇ ਵਿੱਚ ਹੋਈ। ਇਸ ਹੰਗਾਮੀ ਮੀਟਿੰਗ ਦੇ ਵਿੱਚ ਕੇਂਦਰ ਸਰਕਾਰ ਦੁਆਰਾ ਚਲਾਈਆਂ ਗਈਆਂ ਨੀਤੀਆਂ ਤੇ ਉਸ ਦੇ ਨਾਲ ਭਾਜਪਾ ਨੂੰ ਘਰ ਘਰ ਪਹੁੰਚਾਉਣ ਦਾ ਟੀਚਾ ਮਿਲਦੇ ਹੋਏ ਭਾਜਪਾ ਨੂੰ 2024 ਦੀਆਂ ਚੋਣਾਂ ਦੇ ਵਿੱਚ ਭਾਰੀ ਜਿੱਤ ਦਿਵਾਉਣ ਦਾ ਸੰਕਲਪ ਵੀ ਲਿਆ ਗਿਆ। ਇਸ ਮੌਕੇ ਪ੍ਰਦੇਸ਼ ਸੰਗਠਨ ਮੰਤਰੀ ਸ਼੍ਰੀ ਨਿਵਾਸਨ ਜੀ ਅਤੇ ਜ਼ਿਲ੍ਹਾ ਪ੍ਰਧਾਨ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਤੇ ਬੀਜੇਪੀ ਵਰਕਰਾਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਭਾਜਪਾ ਦੀ ਰਣਨੀਤੀ ਨਾਲ ਜਾਣੂ ਕਰਵਾਉਂਦੇ ਹੋਏ ਵਰਕਰਾਂ ਦਾ ਹੌਸਲਾ ਵਧਾਇਆ। ਆਓ ਦੇਖਦੇ ਹਾਂ ਜਤਿੰਦਰ ਕੁਮਾਰ ਨਾਲ ਕ੍ਰਿਸ਼ਨ ਗੋਪਾਲ ਦੀ ਵਿਸ਼ੇਸ਼ ਰਿਪੋਰਟ। ਅੱਜ ਸਾਡੇ ਸੰਗਠਨ ਦੀ ਬੈਠਕ ਸੀ ਜਿਹਦੇ 'ਚ ਸੰਗਠਨ ਮੰਤਰੀ ਸਾਡੇ ਪ੍ਰਦੇਸ਼ ਦੇ ਸੰਗਠਨ ਮੰਤਰੀ ਸ਼੍ਰੀ ਨਿਵਾਸਨ ਜੀ ਨੇ ਆ ਕੇ ਸਾਨੂੰ ਬੂਥ ਸੰਰਚਨਾ ਬਾਰੇ ਦੱਸਿਆ ਔਰ ਹੁਣ ਜ਼ਿਲ੍ਹਾ ਪ੍ਰਧਾਨ ਜੀ ਨੇ ਨਾਲ ਸਾਡੀ ਗੱਲਬਾਤ ਹੋ ਗਈ ਆ। ਸਾਡੀ ਮੀਟਿੰਗ ਕਰਕੇ ਅਸੀਂ ਹੁਣ ਪਿੰਡ ਪੱਧਰ 'ਤੇ ਆਪਣੇ ਹਰ ਬੂਥ 'ਤੇ ਆਪਣਾ ਵਿਸਤਾਰ ਕਰਾਂਗੇ। ਹਰ ਪਿੰਡ ਦੇ ਵਿੱਚ ਹਰ ਬੂਥ 'ਤੇ ਆਪਣੀ ਨੀਤੀਆਂ ਦੱਸਾਂਗੇ। ਮੋਦੀ ਸਾਹਿਬ ਨੇ ਕੀ ਕੀਤਾ, ਕੇਂਦਰ ਸਰਕਾਰ ਨੇ ਕੀ ਕੀਤਾ ਔਰ ਪੰਜਾਬ ਦੀ ਅਮਨ ਕਾਨੂੰਨ ਵਿਵਸਥਾ ਜੋ ਵਿਗੜ ਚੁੱਕੀ ਆ ਇਹਦੇ ਵਾਸਤੇ ਦੁਆ ਕਰਦੇ ਹਾਂ ਕਿ ਪੰਜਾਬ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਔਰ ਬੀਜੇਪੀ ਇਹਦੇ ਵਾਸਤੇ ਆਪਣੀ ਹੱਥ ਪਾਣੀ ਦੇਣੀ ਤਿਆਰ। ਅੱਜ ਸਾਡੀ ਪਾਰਟੀ ਦੇ ਔਰਗਨਾਈਜੇਸ਼ਨ ਜਨਰਲ ਸੈਕਟਰੀ ਸ਼੍ਰੀ ਨਿਵਾਸ ਜੀ ਜੋ ਕਿ ਵੱਖ ਵੱਖ ਵਿਧਾਨ ਸਭਾ ਦਾ ਦੌਰਾ ਕਰ ਰਹੇ ਆ, ਅੱਜ ਉਹਦੇ ਸੰਬੰਧ ਵਿੱਚ ਡੇਰਾ ਬਾਬਾ ਨਾਨਕ ਵਿਧਾਨ ਸਭਾ ਦੇ ਵਿੱਚ ਆਏ। ਇਹਦੇ ਵਿੱਚ ਡੇਰਾ ਬਾਬਾ ਨਾਨਕ ਦੇ ਮੰਡਲ ਅਧਿਅਕਸ਼ ਇੱਥੋਂ ਚੁਣਾਵ ਲੜ ਚੁੱਕੇ ਸਾਡੇ ਵੱਡੇ ਭਾਈ ਸਾਹਿਬ ਕੁਲਦੀਪ ਸਿੰਘ ਕਾਲੋਂ ਜੀ ਅਤੇ ਪਾਰਟੀ ਦੇ ਰੀੜ੍ਹ ਦੇ ਹੱਡੀ ਜਿਹੜੇ ਵਰਕਰ ਸਾਹਿਬਾਨ ਆ ਉਹਨਾਂ ਨਾਲ ਪਾਰਟੀ ਨੂੰ ਇਸ ਹਲਕੇ ਦੇ ਵਿੱਚ ਕਿੱਦਾਂ ਮਜ਼ਬੂਤ ਕੀਤਾ ਜਾਵੇ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਲੋਕ ਸਭਾ ਦੇ ਚੁਣਾਵ ਆ ਰਹੇ 2024 ਦੇ ਵਿੱਚ ਉਹਦੀ ਕਿਸ ਤਰ੍ਹਾਂ ਤਿਆਰੀ ਕੀਤੀ ਜਾਵੇ ਉਹਦੇ ਸੰਬੰਧ ਵਿੱਚ ਇਹ ਜਿਹੜੀ ਸਾਡੀ ਸੰਗਠਨ ਦੀ ਬੈਠਕ ਸੀ।